ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਤਰੀਕ ਹੈਗੀ 10, ਮੈਂ ਕੱਲ 9 ਤਰੀਕ ਨੂੰ ਸ਼ਾਮ ਨੂੰ ਕਹਿਣ ਆ ਗਈ ਸੀਗੀ, ਕਿਉਂਕਿ ਇੱਥੇ ਆਪਾਂ ਕਰਾਉਣਾ ਪਾਠ ਪ੍ਰਗਾਸ਼। ਸੋ ਕੱਲ ਸਾਰੀਆਂ ਤਿਆਰੀਆਂ ਕੀਤੀਆਂ, ਪਹਿਲਾਂ ਸਫਾਈਆਂ ਕੀਤੀਆਂ, ਫਿਰ ਮਟਰ ਕੱਢੇ, ਫਿਰ ਬਰਿੰਦਰੋਣੀ ਸਾਰਾ ਸਮਾਨ ਲੈ ਕੇ ਆਏ, ਅਤੇ ਹੁਣ ਇਹ ਹੋ ਗਿਆ ਨੈਕਸਟ ਡੇ। ਅੱਜ ਸਾਰੀ ਅੰਦਰ ਪੂਰੀ ਤਿਆਰੀ ਆ, ਸਾਰੇ ਤਿਆਰ ਨੇ, ਬਸ ਹੁਣ ਆਪਾਂ ਮਹਾਰਾਜ ਜੀ ਲੈ ਕੇ ਆਉਣੇ ਆ, ਅਤੇ ਉਸ ਤੋਂ ਬਾਅਦ ਫਿਰ 3 ਦਿਨ ਆਪਣੇ ਘਰ ਪਾਠ ਚੱਲੂਗਾ। ਇੱਧਰ ਰਣਸ਼ੇਰ ਆਪਦੇ ਮਾਮਿਆਂ ਨਾਲ ਬੈਠਾ ਵੀਡੀਓ ਕਾਲ ਕਰ ਰਿਹਾ ਵਾ। ਅੰਦਰ ਵੀ ਆਪਣੀਆਂ ਸਾਰੀਆਂ ਤਿਆਰੀਆਂ ਹੋ ਗਈਆਂ। ਰਣਸ਼ੇਰ ਵੀ ਰੈਡੀ ਹੋ ਗਿਆ। ਰਣਸ਼ੇਰ ਬਹੁ ਕਿੱਥੇ ਆ? ਉਹ ਬੈਠਾ ਪੈਂਥਰ, ਉਹਨੂੰ ਦੇ ਦੇ ਕਹਿੰਦਾ ਬਹੁ ਬਹੁ ਬਹੁ। ਪ੍ਰਸ਼ਾਦਾ, ਫਿਰ ਉਸ ਤੋਂ ਬਾਅਦ ਦੁਪਹਿਰ ਦੇ ਪ੍ਰਸ਼ਾਦੇ ਦੀ ਤਿਆਰੀ, ਹਨਾ ਮੈਡਮ ਜੀ? ਹਲੇ ਕੱਪੜੇ ਵੀ ਧੋਣੇ ਆ, ਸਾਡਾ ਇੱਕ ਬੰਦਾ ਸਾਨੂੰ ਧੋਖਾ ਦੇ ਕੇ ਚਲੋ ਵੀ। ਹੁਣ ਆਲੂ ਵਾਲੀਆਂ ਰੋਟੀਆਂ ਨੇ, ਫਿਰ ਦੁਪਹਿਰ ਨੂੰ ਦੇਖਦੇ ਕੀ ਬਣਾਉਣੇ ਆ, ਤੇ ਨਾਲੇ ਤੁਹਾਨੂੰ ਦਿਖਾਉਣੇ ਆ। ਅੱਜ ਦੁਪਹਿਰ ਦੇ ਪ੍ਰਸ਼ਾਦੇ ਚ ਬਣਾਉਣੇ ਆ ਆਲੂ ਮਟਰ, ਤੇ ਮਿੱਠੇ ਚ ਬਣਾਵਾਂਗੇ ਸੂਜੀ ਦਾ ਭੋਗ। ਚੰਗੀ ਤਰ੍ਹਾਂ ਬਦਾਮ ਬਦੂਮ ਪਾ ਕੇ ਬਣਾਇਓ, ਠੀਕ ਆ? ਬੀਬੀ ਸਾਡੀ ਛਿੱਲ ਰਹੀ ਆ ਲਸਣ, ਜਿਹੜੀ ਕਿ ਹੌਲੀ ਹੌਲੀ ਹੱਸ ਵੀ ਰਹੀ। ਚਲੋ ਮੈਂ ਕੱਦਾ, ਸੋਰੀ ਕੱਦੂ ਹੀ ਕਹਿਣ ਲੱਗੀ ਸੀ, ਮੈਂ ਆਲੂ ਕੱਟ ਲਵਾਂ। ਰਣਸ਼ੇਰ ਖੇਡ ਕੇ ਸੌਂ ਗਿਆ, ਤੇ ਹੁਣ ਹੁਣ ਲੱਗ ਗਈ ਦੁਪਹਿਰ ਦੇ ਪ੍ਰਸ਼ਾਦੇ ਦੀ ਤਿਆਰੀ। ਇੱਧਰ ਹੁਣ ਭੂਆ ਹੁਣੀ ਬਣਾਉਣਗੇ ਸਬਜ਼ੀ, ਦੇ ਅੱਗੇ ਚਲੇ ਗਿੱਲਾ ਵਾ, ਪਾਣੀ ਸੁੱਕਦਾ ਵਾ, ਆਪਾਂ ਸਾਰਾ ਸਮਾਨ ਜਿੰਨਾ ਕੁ ਕਿਹਾ ਉਨਾ ਕੁ ਲਿਆ ਕੇ ਰੱਖਤਾ। ਇੱਧਰ ਬਣ ਰਿਹਾ ਸੂਜੀ ਦਾ ਭੋਗ। ਉਹ ਸੂਜੀ ਵੱਧ ਨੀ ਰਾੜ ਲਈ? ਠੀਕ ਆ। ਸ਼ੇਰੇ, ਆ ਤੇਰੇ ਮੱਥੇ ਤੇ ਕੀ ਲੱਗਿਆ? ਆ ਮੱਥੇ ਤੇ ਬਿੰਦੀ ਕਿਹਨੇ ਲਾਤੀ? ਪਰ ਨਾਨੀ ਨੇ ਬਿੰਦੀ ਲਾਤੀ ਹੈ, ਬੀਬੀ ਨੇ ਤੇ ਬਿੰਦੀ ਲਾਤੀ, ਆਰਾਮ ਨਾਲ ਲਾਈ ਬੈਠੋ। ਪੁੱਤ, ਜਿਹੜੀ ਤੂੰ ਕੌਲੀ ਚੱਕਣ ਦੀ ਕੋਸ਼ਿਸ਼ ਕਰਦਾ ਨਾ, ਉਹ ਟਾਕੀ ਦੇ ਬਾਹਰ ਪਈ ਆ, ਅੰਦਰ ਨੀ ਪਈ। ਇਹਨੇ ਉਹ ਕੌਲੀ ਤੇ ਪਿੰਡ ਚੱਕਣਾ, ਪਰ ਇਹਨੂੰ ਇਹ ਨੀ ਪਤਾ ਵੀ ਇਹ ਟਾਕੀ ਦੇ ਅੰਦਰ ਪਿਆ ਕਿ ਬਾਹਰ ਪਿਆ ਵਾ। ਇੱਧਰ ਨਾਨੀ ਰਣਸ਼ੇਰ ਹੁਣ ਸੌਂ ਗਿਆ, ਹੁਣ ਮੈਂ ਤੇ ਮੇਰੀ ਭੈਣ ਨੇ ਬਾਹਰੋਂ ਥੋੜ੍ਹੀ ਜਿਹੀ ਸਫਾਈ ਕਰਨੀ ਆ, ਬਾਕੀ ਪਿੰਦਰ ਵੀ ਆਉਣ ਵਾਲੇ ਨੇ। ਸੋਚਿਆ ਵੀ ਜਿਹੜੇ ਆਪਾਂ ਕੱਲ੍ਹ ਗੱਦੇ ਪਛਾਏ ਸੀ ਉਹਨਾਂ ਤੋਂ ਚਾਦਰਾਂ ਝਾੜ ਝਾੜ ਕੇ ਬਾਹਰ ਝਾੜੂ ਪੋਚਾ ਕਰ ਲਈਏ। ਕਿਵੇਂ ਬਾਟੀਆਂ ਖੀਰ ਲੀਆਂ ਬੜੀਆਂ ਨੇ ਹੱਥਾਂ 'ਚ ਹੈ ਪਿੰਦਰ, ਬੋਲਦੇ ਨੀ? ਮੈਂ ਕਿਵੇਂ ਬਾਟੀਆਂ ਫੜੀਆਂ ਨੇ ਖੀਰ ਦੀਆਂ ਹੱਥਾਂ 'ਚ ਦੋਨਾਂ
ਜੇ ਲੰਗਰ ਆ ਤਾਂ ਬਾਟੀਆਂ ਭਰ ਭਰ ਖਾਣਾ ਮੈਂ ਖਾ ਕਰ ਹਟੀ ਹਾਂ। ਹੈਲੋ ਰਣਛੇਰ, ਰਣਛੇਰ ਥਾਪੀ ਮਾਰ ਦੇ, ਥਾਪੀ ਮਾਰੀ ਕੱਲ ਨੂੰ ਭੋਗ ਦੀ ਤਿਆਰੀ ਸਾਰੀ ਹੋਣ ਲੱਗ ਗਈ। ਇੱਧਰ ਅੰਕਲ ਹੋਣੀ ਵੀ ਆ ਗਏ, ਉਹ ਸਾਰੀ ਤਿਆਰੀ ਕਰਦੇ ਆ, ਪਿਆਜ਼ ਪਿਉਜ ਕੱਟ ਕੇ ਰੱਖਦੇ ਆ, ਤੇ ਪਿੰਦਰ ਹੁਣ ਚੱਲੇ ਨੇ ਵਾਪਸ ਜੋਧਾ ਨੂੰ, ਤੇ ਆਪਾਂ ਗੇਟ ਖੋਲ ਦਈਏ। ਟਾਈਮ ਸਵੇਰ ਦੇ 5 ਵੱਜ ਗਏ ਤੇ ਅੱਜ ਆਪਣੇ ਅਖੰਡ ਪਾਠ ਸਾਹਿਬ ਦਾ ਭੋਗ ਪੈਣਾ ਵਾ। ਬਾਕੀ ਸਾਰੇ ਤਾਂ ਉੱਠ ਗਏ, ਬਸ ਰਣਛੇਰ ਦੇ ਮਾਮੇ ਹਲੇ ਸੁੱਤੇ ਪਏ ਨੇ। ਹੁਣ ਆਪਾਂ ਸਾਰਿਆਂ ਨੇ ਉੱਠ ਕੇ ਰੈਡੀ ਵਗੈਰਾ ਹੋ ਕੇ ਸਾਰੀਆਂ ਤਿਆਰੀਆਂ ਕਰਦੇ ਆ, ਕਿਉਂਕਿ ਅੱਜ ਕੱਲ੍ਹ ਸਾਰੇ ਰਿਸ਼ਤੇਦਾਰਾਂ ਨੇ ਵੀ ਆਉਣਾ ਵਾ। ਕਿਸੇ ਬੰਦੇ ਨੂੰ ਚਾਹ ਕੋਲੇ ਖੜਾਇਆ ਸੀ, ਉਹਨੇ ਚਾਹ ਹੀ ਪਾ ਲਈ, ਹਲੇ ਸਾਰੇ ਨੀਂਦ ਚ ਤੁਰੇ ਫਿਰਦੇ ਆ। ਟਾਈਮ 8 ਵੱਜ ਗਏ, ਤਿਆਰੀ ਵੀ ਸਾਰੀ ਹੋ ਗਈ, ਆਪਾਂ ਵੀ ਰੈਡੀ ਹੋ ਗਏ। ਇੱਧਰ ਵੀ ਸਾਰੇ ਕਾਰਪਿਟ ਵਗੈਰਾ ਵਿਛਾ ਤੇ, ਤੇ ਹੁਣ ਬਾਹਰ ਵੀ ਟੈਂਟ ਲੱਗ ਗਿਆ, ਸਾਰੇ ਜਣੇ ਰੈਡੀ ਆ। ਹਾਂਜੀ ਪੂਰੀ ਖਾਂਦੇ ਹਾਂ, ਚਲੋ ਵੀ ਅੱਜ ਬਣਿਆ ਛੋਲੇ ਭਟੂਰੇ, ਉਹ ਖਾਵਾਂਗੇ ਆਪਾਂ। ਅੱਜ ਮੈਨੂੰ ਪਤਾ ਸੀ ਕੈਂਡ ਛੋਲੇ ਭਟੂਰੇ ਬਣੇ ਆ, ਮੈਂ ਘਰੋਂ ਰੋਟੀ ਖਾ ਕੇ ਨਹੀਂ ਆਇਆ। ਕਿਰਪਾ ਕਰਕੇ ਉਹ ਸਰੂਪਾ ਲੈਣ ਦੀ ਪਾਈ ਕਿਰਪਾਲਤਾ ਕਰਨ। ਉਹ
ਸਤਿ ਸ੍ਰੀ ਅਕਾਲ। ਪਰਿਵਾਰ ਨੇ ਬੜੇ ਪ੍ਰੇਮ ਤੇ ਪਿਆਰ ਦੇ ਨਾਲ ਸੇਵਾ ਨਿਭਾਈ ਸਰਦਾਰ ਭਗਵੰਤ ਸਿੰਘ ਜੀ ਸਾਰੇ ਪਰਿਵਾਰ ਨੇ। ਸੋ ਇਹ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਪਰਿਵਾਰ। ਵੈਸੇ ਮੈਂ ਤੁਹਾਨੂੰ ਦੱਸਣਾ ਤਾਂ ਭੁੱਲ ਹੀ ਗਈ, ਇਹ ਅਖੰਡ ਪਾਠ ਸਾਹਿਬ ਫੁੱਫੜ ਜੀ ਦੀ ਰਿਟਾਇਰਮੈਂਟ ਦੀ ਖੁਸ਼ੀ ਵਿੱਚ ਕਰਾਇਆ ਸੀਗਾ। ਟਾਈਮ 3 ਵੱਜ ਗਏ, ਆਪਣੇ ਸਾਰੀ ਪ੍ਰੋਗਰਾਮ ਦੀ ਸਮਾਪਤੀ ਹੋ ਗਈ। ਰਿਸ਼ਤੇਦਾਰ ਵੀ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ, ਪਿੰਦਰ ਹੋਣੀ ਵੀ ਚਲੇ ਗਏ, ਅਤੇ ਹੁਣ ਅਸੀਂ ਪਿੱਛੇ ਆਏ ਸੀਗੇ ਖੇਤ 'ਚ। ਸਾਡੇ ਕੁਛ ਕੁ ਬੰਦੇ ਤਾਂ ਬੈਠੇ ਗੰਨਾ ਚੂਪ ਰਹੇ ਆ, ਅਤੇ ਕੁਛ ਕੁ ਅਸੀਂ ਆ ਢੇਰੀਆਂ 'ਤੇ ਚੜ੍ਹ ਚੜ੍ਹ ਕੇ ਬੇਰ ਤੋੜੀ ਜਾਂਦੇ ਹਾਂ, ਖਾਈ ਜਾਂਦੇ ਹਾਂ। ਤੇਰਨ ਸ਼ੇਰ ਪੂਰਾ ਥੱਕ ਹਾਰ ਕੇ ਹੁਣ ਪੂਰਾ ਨੌਕਆਊਟ ਹੋ ਕੇ ਸੁੱਤਾ ਪਿਆ ਵਾ। ਚਲੋ ਵੀ ਹੁਣ ਆਪਾਂ 2-4 ਕੁ ਬੇਰ ਖਾਈਏ ਅਤੇ ਫਿਰ ਉੱਧਰ ਨੂੰ ਚੱਲੀਏ। ਵੈਸੇ ਅੱਜ ਇੱਕ ਗੱਲ ਆ, ਛੋਲੇ ਭਟੂਰੇ ਲੱਗੇ ਬੜੇ ਸਵਾਦ, ਕਿਉਂ ਮਨੀ? ਪੂਰੇ ਸਵਾਦ ਸੀਗੇ ਪਿੰਦਰ, ਉਹਨਾਂ ਨੂੰ ਆਪਾਂ ਥੋੜ੍ਹੇ ਜਿਹੇ ਨਾਲ ਵੀ ਪੈਕ ਕਰਕੇ ਦੇ ਦਿੱਤੇ। ਮੈਂ ਕਿਹਾ ਘਰੇ ਜਾ ਕੇ ਵੀ ਖਾ ਲਿਓ। ਸ਼ੇਰ ਸੁੱਤਾ ਪਿਆ, ਸੋਚਿਆ ਜਦ ਤੱਕ ਪੰਮੇ ਦੀ ਤਿਆਰੀ ਕਰਦੀ ਹੈ, ਕਿਉਂਕਿ 14 ਤਰੀਕ ਨੂੰ ਪੰਮਾ ਵੀ ਵਾਪਸ ਜਾ ਰਿਹਾ ਕੈਨੇਡਾ। ਸੁਣ, ਉਹਦੀ ਪੈਕਿੰਗ ਕਰੀਏ ਆਪਾਂ। ਪਰਸੋਂ ਨੂੰ ਮਾਸਟਰ ਨੇ ਚਲੇ ਜਾਣਾ, ਕੱਲ ਨੂੰ ਪੰਮੇ ਨੇ ਚਲੇ ਜਾਣਾ, ਉਦਣ ਦਾ ਮੈਨੂੰ ਇਹ ਨਹੀਂ ਸਮਝ ਆਉਂਦਾ ਮੈਂ ਕਿੱਧਰ ਨੂੰ ਜਾਵਾਂ। ਹੁਣ ਦੇਖਿਓ ਸਾਰਿਆਂ ਨੇ ਇਕੱਠੇ ਹੀ ਬਾਹਰ ਚਲੇ ਜਾਣਾ, ਫਿਰ ਯਾਰਾਂ ਨੇ ਵਿਹਲੇ ਜੀ ਹੋ ਜਾਣਾ। ਤਰੀਕ ਹੋ ਗਈ ਅੱਜ 14 ਮਾਰਚ, ਤੇ ਫਾਈਨਲੀ ਅੱਜ ਪੰਮਾ ਵੀ ਚੱਲਿਆ, ਤੇ ਪੰਮੇ ਦੀ ਸਾਰੀ ਇੱਥੇ ਤਿਆਰੀ ਕਰਕੇ ਰੱਖਤੀ। ਹੁਣ ਉਹ ਆਪਦਾ ਥੋੜਾ ਜਿਹਾ ਸਮਾਨ ਲੈਣ ਗਿਆ ਵਾ, ਬਸ 11-12 ਵਜੇ ਉਹਨੇ ਵੀ ਘਰੋਂ ਤੁਰ ਪੈਣਾ। ਕੈਸਾ ਫੀਲ ਹੋ ਰਿਹਾ ਹੈ ਪੰਮੇ ਕੀ ਮੰਮੀ? ਜੀ ਨਹੀਂ ਲੱਗਦਾ ਨਾ, ਕੱਲ ਦਾ ਪੰਮੇ ਦਾ ਵੀ ਨਹੀਂ ਲੱਗਿਆ ਹੈਗਾ ਵੀ ਬਹੁਤ ਔਖਾ ਆਪਣੇ ਜਵਾਕਾਂ ਨੂੰ ਘਰੋਂ ਤੋੜਨਾ, ਬਟ ਕੀ ਕਰ ਸਕਦੇ ਆ, ਮਜਬੂਰੀਆਂ ਨੇ, ਜਾਣਾ ਪੈਂਦਾ ਵਾ। ਸ਼ੇਰੇ ਸ਼ੇਰੇ ਹੱਸ ਪਾ, ਜਾਵਾਂ ਕਨੇਡਾ ਮੈਂ ਜਾਵਾਂ।
ਮਾਮੂ ਨੂੰ ਮਿਲ ਲਾ, ਮਾਮੂ ਨੂੰ ਮਿਲ ਲਾ, ਮਾਮੂ ਨੂੰ ਜੱਫੀ ਪਾ ਦੇ। ਰੋਣਾ ਪੂ ਤੂੰ ਵੀ ਕੈਨੇਡਾ ਦੇਖ ਕੇ ਆ, ਰੋਣ ਲੱਗ ਗਿਆ ਵੀ ਮਾਮਾ ਇਹਨੇ ਮੈਨੂੰ ਚੱਕ ਲਿਆ। ਮਿਲਣੀ ਆ ਪੁੱਤ ਮਾਮੂ ਨੂੰ, ਬਾਏ ਕਹਿੰਦਾ ਬਾਏ ਬਾਏ ਕਰਦਾ ਪੰਮੇ ਨੂੰ ਇਹ ਹੁਣ ਜਿੱਦਾਂ ਜਿਹਾ। ਜੱਫੀ ਪਾ ਦੇ ਮਾਮੂ ਨੂੰ, ਹੱਗੀ ਕਰ ਦੋ ਮਾਮੂ ਨੂੰ, ਪਾ ਦੋ ਘੁੱਟ ਕੇ ਪਾਰੀ ਕਰ ਦੋ ਮਾਮੂ ਨੂੰ। ਨਹੀਂ ਨਹੀਂ ਬਸ ਪੰਮੇ ਜਾਵੇ ਮਾਮੂ, ਮਾਮੂ ਜਾਵੇ ਮੋਮੋ ਫੜ ਲੋ ਪਿੰਦਰ, ਫਿਰ ਇਹਨੇ ਗੱਡੀ ਚੋ ਨੀ ਉਤਰਨਾ। ਕੋਈ ਨੀ ਪੁੱਤ, ਇਹ ਚ ਕੀ ਆ, ਕੋਈ ਨੀ ਠੀਕ
ਇਹਨਾਂ ਨੂੰ ਜਿਆਦਾ ਕਾਲੀ ਆ ਜਾਣ ਦੀ ਦੋ ਜਾਣਿਆਂ ਨੂੰ ਆ ਦੇਖ ਬਾਈ ਕਰਦੇ ਤੁਸੀਂ ਪਾਸੇ ਬਾਈ ਕਰਨ ਮਾਮਾ ਬਾਈ ਸਾਰਾ ਸਮਾਨ ਚੈੱਕ ਕਰ ਲੈ ਇੱਕ ਗਰੀਆ ਹੋ ਬਾਈ ਪੁੱਤ ਮਮਾ ਨੂੰ ਬਾਈ ਕਰਦੇ ਬਾਈ ਬਾਈ ਪੁੱਤ ਬਾਈ ਹਾਂ ਬਾਈ ਕਰ ਦੋ ਮਾਮਾ ਲੇਟ ਹੁੰਦਾ ਪੁੱਤ ਮਾਮਾ ਪਾਰ ਕਰ ਪਾਰ ਦਾ ਕਰਦੇ ਹਾਂ ਠੀਕ ਹੈ ਚਲ ਠੀਕ ਹੈ ਮਾਂ ਬਾਈ ਠੀਕ ਹੈ ਹਾਂ ਹੋ ਜਾਏਗਾ ਬਾਈ 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 ਮਾਮੇ ਬਾਈ ਮਾਮੇ